ਸਾਡੀਆਂ ਜਾਇਜ਼ ਮੰਗਾਂ ਤਾਂ ਕੀ ਮੰਨਣੀਆਂ ਸੀ। ਜਿਹੜਾ ਪੰਜਾਬ ਦਾ ਅਧਿਕਾਰ ਬਣਦਾ ਵਾ, ਜਿਹੜਾ ਸਾਡਾ ਪੈਸਾ ਕੇਂਦਰ ਨੇ ਸਾਨੂੰ ਦੇਣਾ ਹੁੰਦਾ ਵਾ ਇਸ ਖਰੀਦ ਦੀ ਪ੍ਰਣਾਲੀ ਵਿੱਚੋਂ, ਖਾਸ ਤੌਰ ਤੇ ਇਸ ਵਕਤ ਦੀ ਝੋਨੇ ਦੀ ਫਸਲ ਦਾ, ਸਾਡਾ 800 ਕਰੋੜ ਰੁਪਈਆ ਹੋਰ ਉਹਨਾਂ ਨੇ ਜਾਣਬੁੱਝ ਕੇ ਰੋਕ ਲਿਆ। ਇਹ ਜਿਹੜਾ ਬੀਜੇਪੀ ਨੇ ਹੁਣ ਸਾਡਾ 800 ਕਰੋੜ ਰੁਪਈਆ ਫਿਰ ਹੋਰ ਰੋਕ ਲਿਆ, ਇਹ ਜਿੱਦਾਂ ਕਹਿੰਦੇ ਹੁੰਦੇ ਕਿ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਦੇ ਮੁਕਾਬਲੇ। 26 ਤਰੀਕ ਦਾ ਜਿਹੜੀ ਕਾਲ ਹੈਗੀ ਆ, ਜਦ ਅਸੀਂ ਸਾਰੇ ਵੀ ਪਹੁੰਚਾਂਗੇ, ਆਪਾਂ ਸਭ ਨੇ ਜਾਣਾ ਵਾ, ਮੈਨੂੰ ਲੱਗਦਾ ਵਾ ਕਿ ਬਹੁਤ ਲਾਮਿਸਾਲ ਇਕੱਠ ਹੋਵੇਗਾ। ਦਿੱਲੀ ਦੇ ਬਾਰਡਰਾਂ ਤੇ ਲੱਖਾਂ ਕਿਸਾਨ ਖੇਤੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਨੇ। ਉੱਥੇ ਹੀ ਹੁਣ ਭੁਲੱਥ ਤੋਂ ਵਿਧਾਇਕ ਸੁਪਾਲ ਖਹਿਰਾ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਖਹਿਰਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ। ਖਹਿਰਾ ਨੇ ਇਲਜ਼ਾਮ ਲਾਏ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ 800 ਕਰੋੜ ਬਿਨਾਂ ਵਜ੍ਹਾ ਰੋਕਿਆ ਗਿਆ ਹੈ। दोस्तों, अज मैं तुहाडे सामने मोदी सरकार का एक होर तानाशाह ते पंजाब विरोधी जो कदम चक्या उहना तुहाडे ध्यान विच लिआउणा चाहुंदा। तुसी सब ने तकरीबन देख लिया, सुन लिया होगा कि जिहड़ा साडा जदों कणक ते झोने की फसल बिकदी आ, उहदे चों पंजाब सरकार नूं 3% रूरल डिवेलपमेंट फंड कट्टिया जांदा, साडे खजाने च आउंदा सी, जिहड़ा कि पंजाब मंडी बोर्ड च जांदा सी। बीजेपी की सरकार ने बजाए कि साडे किसानां दीआं जायज़ हक्की मंगां, ਜਿੱਥੋਂ 4 ਮਹੀਨਿਆਂ ਤੋਂ ਲੋਕ ਸੜਕਾਂ ਤੇ ਬੈਠੇ ਨੇ ਔਰ ਬੜੇ ਵੱਡੇ ਪੱਧਰ ਦੇ ਉੱਤੇ ਦਿੱਲੀ ਦੇ ਬਾਰਡਰਾਂ ਤੇ ਇਸ ਵਕਤ ਇੱਕ ਬਹੁਤ ਵੱਡੀ ਕਿਸਾਨ ਅੰਦੋਲਨ ਚੱਲ ਰਿਹਾ ਵਾ, ਸਾਡੀਆਂ ਜਾਇਜ਼ ਮੰਗਾਂ ਤਾਂ ਕੀ ਮੰਨਣੀਆਂ ਸੀ। ਜਿਹੜਾ ਪੰਜਾਬ ਦਾ ਅਧਿਕਾਰ ਬਣਦਾ ਵਾ, ਜਿਹੜਾ ਸਾਡਾ ਪੈਸਾ ਕੇਂਦਰ ਨੇ ਸਾਨੂੰ ਦੇਣਾ ਹੁੰਦਾ ਵਾ ਇਸ ਖਰੀਦ ਦੀ ਪ੍ਰਣਾਲੀ ਵਿੱਚੋਂ, ਖਾਸ ਤੌਰ ਤੇ ਇਸ ਵਕਤ ਦੀ ਝੋਨੇ ਦੀ ਫਸਲ ਦਾ, ਸਾਡਾ 800 ਕਰੋੜ ਰੁਪਈਆ ਹੋਰ ਉਹਨਾਂ ਨੇ ਜਾਣਬੁੱਝ ਕੇ ਰੋਕ ਲਿਆ। ਰੂਰਲ ਡਿਵੈਲਪਮੈਂਟ ਫੰਡ, ਹਰ ਇੱਕ ਕੁਇੰਟਲ ਦੀ ਜਦੋਂ ਫਸਲ ਵਿਕਦੀ ਪੰਜਾਬ ਦੇ ਵਿੱਚ, ਆਟੋਮੈਟਿਕਲੀ ਸਾਨੂੰ ਹਰ ਕੁਇੰਟਲ ਦੇ ਪਿੱਛੇ 3% ਸਾਡੇ ਅਕਾਊਂਟ ਵਿੱਚ ਪੰਜਾਬ 'ਚ ਆਉਂਦਾ ਸੀਗਾ। ਜਿਹੜੇ ਅੱਜ ਜਿਹੜੇ ਕੱਲ੍ਹ ਉਹਨਾਂ ਨੇ ਹੁਕਮ ਪਾਸ ਕੀਤੇ ਨੇ, ਜਿਹੜਾ ਫੂਡ ਐਂਡ ਡਿਸਟ੍ਰੀਬਿਊਸ਼ਨ ਮਿਨਿਸਟਰੀ ਆ ਗਵਰਨਮੈਂਟ ਆਫ ਇੰਡੀਆ ਦੀ, ਉਹਨਾਂ ਨੇ ਹੁਕਮ ਜਾਰੀ ਕਰ ਦਿੱਤਾ ਆਪੇ ਕਿ ਤੁਹਾਨੂੰ 3% ਦੀ ਬਜਾਏ ਅਸੀਂ ਹੁਣ ਸਿਰਫ 1% ਪੈਸਾ ਭੇਜਾਂਗੇ। 2% ਸਾਡੇ ਰੂਰਲ ਡਿਵੈਲਪਮੈਂਟ ਫੰਡ ਦਾ ਜਦੋਂ ਕੱਟਦੇ ਨੇ, ਸਾਡਾ 1200 ਕਰੋੜ ਰੁਪਏ 'ਚੋਂ 800 ਕਰੋੜ ਰੁਪਈਆ ਉਹਨਾਂ ਨੇ ਰੋਕ ਲਿਆ ਵਾ ਕਿ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਇਹ ਪੈਸਾ ਕਿੱਥੇ ਖਰਚ ਰਹੇ ਹੋ। ਇਹ ਸਿੱਧਾ ਸਿੱਧਾ ਸਾਡੇ ਨਾ ਸਿਰਫ ਆਟੋਨਮੀ, ਸਾਡੇ ਹਕੂਕ ਦੇ ਉੱਤੇ ਡਾਕਾ ਵਾ ਜਾਂ ਫੈਡਰਲ ਢਾਂਚੇ ਦੇ ਉੱਤੇ ਡਾਕਾ, ਬਲਕਿ ਇੱਕ ਬਦਲਾਖੋਰੀ ਦਾ ਵੀ ਕਦਮ ਨਜ਼ਰ ਆ ਰਿਹਾ ਵਾ। ਇੱਕ ਪਾਸੇ ਸਾਡੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਐਡਾ ਵੱਡਾ ਸੰਘਰਸ਼ ਕਰ ਰਹੇ ਨੇ, ਸਰਕਾਰ ਨੂੰ ਚਾਹੀਦਾ ਤਾਂ ਇਹ ਅਸੂਲਨ ਕਿ ਆਪਣੇ ਦੇਸ਼ ਦੇ ਕਿਸਾਨਾਂ ਦੀ ਗੱਲ ਮੰਨ ਕੇ ਤੇ ਜਿਹੜੇ ਸਾਡੇ 3 ਕਾਲੇ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਉਹ ਗੱਲਾਂ ਸਾਡੀਆਂ ਮੰਨਣ। ਸਾਡੀ ਤਾਂ ਕੀ ਮੰਨਣੀ ਆ, ਉਹਨਾਂ ਨੇ ਸਾਨੂੰ ਸਬਕ ਸਿਖਾਉਣ ਦੀ ਨੀਤੀ ਨਾਲ, ਸਾਡੇ ਨਾਲ ਬਦਲਾ ਲਓ ਭਾਵਨਾ ਦੇ ਨਾਲ ਕੰਮ ਕਰ ਰਹੀ ਸਾਡੀ ਆਪਣੀ ਕੇਂਦਰ ਦੀ ਸਰਕਾਰ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਕਰਜ਼ਈ ਹੋਈ ਪਈ ਹੈ ਤੇ ਕੇਂਦਰ ਸਰਕਾਰ ਵੱਲੋਂ ਫੰਡ ਰੋਕ ਕੇ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਖਹਿਰਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਅਰਾਜਕਤਾ ਫੈਲਦੀ ਹੈ ਤਾਂ ਉਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਔਰ ਉਹ ਸਾਡਾ 800 ਕਰੋੜ ਰੁਪਈਆ ਹੋਰ ਵਿਦਹੋਲਡ ਕਰ ਲਿਆ ਉਹਨਾਂ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਪਹਿਲਾਂ ਹੀ ਕਰਜ਼ਈ ਹੈ, 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ, ਜਿਹਦੇ ਕਰਕੇ ਸਾਡੀ ਜਿਹੜੀ ਬੇਸਿਕ ਡਿਵੈਲਪਮੈਂਟ ਆ ਪੰਜਾਬ ਦੀ ਉਹ ਬਿਲਕੁਲ ਰੁਕੀ ਪਈ ਹੈ। ਔਰ ਪਿਛਲੇ 4 ਸਾਲਾਂ 'ਚ ਪੰਜਾਬ, ਕਿਉਂਕਿ ਪੈਸਾ ਹੀ ਹੈ ਨਹੀਂਗਾ ਉਹਨਾਂ ਦੇ ਕੋਲ, ਅਤੇ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਵਿਕਾਸ ਦੇ ਕਾਰਜ ਸੀਗੇ ਉਹ ਨਾ ਮਾਤਰ ਹੋਏ ਨੇ, ਅਤੇ ਹੁਣ 800 ਕਰੋੜ ਰੁਪਈਆ ਸਾਡਾ ਹੋਰ ਰੋਕ ਲਿਆ। ਇਹ ਪੈਸਾ ਸਾਰਾ ਰੂਰਲ ਡਿਵੈਲਪਮੈਂਟ ਫੰਡ ਦਾ ਆਟੋਮੈਟਿਕਲੀ ਜਿਹੜੀ ਸਾਡੀ ਪ੍ਰੋਕਿਓਰਮੈਂਟ ਪ੍ਰੋਸੈਸ ਆ ਉਹਦੇ ਵਿੱਚੋਂ ਪੰਜਾਬ ਮੰਡੀ ਬੋਰਡ ਦੇ ਕੋਲ ਆਉਂਦਾ ਸੀ। ਔਰ ਪੰਜਾਬ ਮੰਡੀ ਬੋਰਡ ਇਸ ਪੈਸੇ ਨੂੰ ਖਾਸ ਤੌਰ 'ਤੇ ਪੇਂਡੂ ਲਿੰਕ ਸੜਕਾਂ ਨੂੰ ਰਿਪੇਅਰ ਕਰਨ ਵਾਸਤੇ ਪੈਸਾ ਖਰਚਿਆ ਜਾਂਦਾ ਸੀ। ਔਰ ਜਿਹੜੇ ਆਪਾਂ ਪਿੰਡਾਂ 'ਚ ਰਹਿੰਦੇ ਲੋਕ, ਆਪਾਂ ਨੂੰ ਪਤਾ ਵਾ ਕਿ ਲਿੰਕ ਸੜਕਾਂ ਦੀ ਹਾਲਤ ਆਮ ਤੌਰ 'ਤੇ ਮਾੜੀ ਰਹਿੰਦੀ, ਕਿਉਂਕਿ ਅਸੂਲਨ ਤਾਂ ਪੰਜਾਬ ਮੰਡੀ ਬੋਰਡ ਆਟੋਮੈਟਿਕਲੀ ਹਰ ਲਿੰਕ ਰੋਡ ਦੀ ਰਿਪੇਅਰ 6ਵੇਂ ਸਾਲ ਆਉਣੀ ਚਾਹੀਦੀ ਹੈ, ਪਰ ਕਿਉਂਕਿ ਪੈਸਾ ਹੈ ਨਹੀਂ ਸਰਕਾਰ ਦੇ ਕੋਲ, ਮੰਡੀ ਬੋਰਡ ਦੇ ਕੋਲ ਪੈਸਾ ਨਹੀਂ, ਮੰਡੀ ਬੋਰਡ ਨੇ ਸਗੋਂ ਹੋਰ ਕਰਜ਼ਾ ਚੱਕਿਆ ਹੋਇਆ ਵਾ, ਤਾਂ ਸਾਡੀਆਂ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਆਮ ਤੌਰ 'ਤੇ ਟੁੱਟੀਆਂ ਪਈਆਂ ਨੇ। ਸੋ ਇਹ ਜਿਹੜਾ ਬੀਜੇਪੀ ਨੇ ਹੁਣ ਸਾਡਾ 800 ਕਰੋੜ ਰੁਪਈਆ ਫਿਰ ਹੋਰ ਰੋਕ ਲਿਆ, ਇਹ ਜਿੱਦਾਂ ਕਹਿੰਦੇ ਹੁੰਦੇ ਕਿ ਸਾਡੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਮੁਕਾਬਲੇ 'ਤੇ। ਤਾਂਹੀਓ ਮੈਂ ਦੇਖ ਰਿਹਾ ਵਾਂ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਲੋਕਾਂ ਨੂੰ ਰੋਸ ਆ, ਵਿਦਰੋਹ ਵਾਲਾ ਮਾਹੌਲ ਬਣਿਆ ਹੋਇਆ। ਮੈਂ ਅੱਜ ਹੀ ਆਪਣੇ ਹਲਕੇ ਭੁਲੱਥ 'ਚ GT ਰੋਡ ਦੇ ਉੱਤੇ ਪਿੰਡ, ਮੈਂ ਅਫਸੋਸ ਕਰਨ ਗਿਆ ਸੀ ਪਿੰਡਾਂ 'ਚ, ਪੰਡਾਲ ਬੇਟ ਵਗੈਰਾ,
ਤੁਸੀਂ ਯਕੀਨ ਜਾਣਨਾ ਕਿ ਸੈਂਕੜੇ ਦੀ ਤਦਾਦ ਵਿੱਚ ਟਰੈਕਟਰ ਟਰਾਲੀ ਕਿਸਾਨਾਂ ਦੀਆਂ ਜਾ ਰਹੀਆਂ ਨੇ। ਅੱਜ ਸਿਰਫ ਮੈਂ ਨੋਟ ਕਰ ਰਿਹਾ ਸੀਗਾ ਕਿ ਤਰਨ ਤਾਰਨ ਜ਼ਿਲ੍ਹੇ ਦੀ ਜਿੱਦਾਂ ਵਾਰੀ ਹੁੰਦੀ ਆ 100 ਤੋਂ ਵੱਧ ਟਰਾਲੀ ਤਾਂ ਮੈਂ ਹੀ ਦੇਖੀ ਜਾਂਦੀ ਸਿਰਫ ਇੱਕ 10-12 ਕਿਲੋਮੀਟਰ ਦੇ ਸਟ੍ਰੈਚ ਤੇ। ਤੁਸੀਂ ਅੰਦਾਜ਼ਾ ਲਾ ਲਓ ਕਿ ਸਾਰੇ ਪੰਜਾਬ 'ਚ ਲੋਕ ਕਿੰਨੀ ਵੱਡੀ ਤਦਾਦ ਵਿੱਚ ਜਾ ਰਹੇ। ਔਰ ਮੈਨੂੰ ਲੱਗਦਾ ਵਾ ਕਿ 26 ਤਰੀਕ ਦਾ ਜਿਹੜੀ ਕਾਲ ਹੈਗੀ ਆ, ਜਦੋਂ ਅਸੀਂ ਸਾਰੇ ਵੀ ਪਹੁੰਚਾਂਗੇ, ਆਪਾਂ ਸਭ ਨੇ ਜਾਣਾ ਵਾ, ਮੈਨੂੰ ਲੱਗਦਾ ਵਾ ਕਿ ਬਹੁਤ ਲਾਮਿਸਾਲ ਇਕੱਠ ਹੋਵੇਗਾ। ਔਰ ਕਿਸਾਨਾਂ ਨੂੰ ਮੈਂ ਦਾਤ ਵੀ ਦਿੰਦਾ ਕਿ ਉਹਨਾਂ ਨੇ ਅੱਜ ਤੱਕ ਆਪਣੀ ਜਿਹੜੀ ਸਾਰੀ ਐਜੀਟੇਸ਼ਨ ਆ ਬਹੁਤ ਸ਼ਾਂਤਮਈ ਰੱਖੀ ਔਰ ਰੱਖਣੀ ਵੀ ਚਾਹੀਦੀ ਹੈ। ਪਰ ਕੇਂਦਰ ਸਰਕਾਰ ਕੋਈ ਕਸਰ ਨਹੀਂ ਛੱਡਦੀ, ਉਹ ਸਾਨੂੰ ਉਕਸਾ ਵੀ ਰਹੀ ਆ, ਸਾਨੂੰ ਜਾਣ ਬੁੱਝ ਕੇ ਸਾਡੇ ਸਬਰ ਦਾ ਇਮਤਿਹਾਨ ਲੈ ਰਹੀ ਆ। ਔਰ ਅਗਰ ਪੰਜਾਬ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਅਰਾਜਕਤਾ ਫੈਲਦੀ ਆ, ਕੋਈ ਗਲਤ ਕੰਮ ਹੁੰਦਾ, ਤਾਂ ਉਹਦੇ ਲਈ ਸਿੱਧੀ ਮੋਦੀ ਦੀ ਸਰਕਾਰ ਅਤੇ ਬੀਜੇਪੀ ਦੀ ਸਰਕਾਰ ਜ਼ਿੰਮੇਵਾਰ ਹੋਊਗੀ। ਇਹ ਅੱਜ ਦਾ ਮੇਰਾ ਇੰਪੋਰਟੈਂਟ ਇਸ਼ੂ ਸੀ ਜਿਹੜਾ ਮੈਂ ਸੋਚਿਆ ਕਿ ਜਨਤਕ ਕਰਨਾ ਚਾਹੀਦਾ ਵਾ, ਅਤੇ 800 ਕਰੋੜ ਰੁਪਇਆ ਸਾਡਾ ਹੋਰ ਰੋਕ ਕੇ ਸਾਡੇ ਨਾਲ ਜਿਹੜਾ ਇਹ ਵਿਤਕਰਾ ਕਰ ਰਹੀ ਆ ਕੇਂਦਰ ਸਰਕਾਰ, ਉਹਨਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ, ਅਤੇ ਜਿਹੜੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਨ ਕੇ ਅਤੇ ਉਹਨਾਂ ਨੂੰ ਬਾਇਜ਼ਤ ਤਰੀਕੇ ਨਾਲ ਆਪਣੇ ਘਰਾਂ ਵਿੱਚ ਵਾਪਸ ਤੋਰਨਾ ਚਾਹੀਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੱਸ ਦੇ ਕਿ ਇੱਕ ਪਾਸੇ ਲੱਖਾਂ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਤੇ ਉੱਥੇ ਹੀ ਉਹਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਤੇ ਉੱਥੇ ਹੀ ਹੁਣ ਕੇਂਦਰ ਸਰਕਾਰ ਤੇ ਪੰਜਾਬ ਦਾ 800 ਕਰੋੜ ਰੁਪਇਆ ਬਿਨਾਂ ਵਜ੍ਹਾ ਰੋਕਣ ਦੇ ਇਲਜ਼ਾਮ ਲੱਗ ਰਹੇ ਨੇ, ਜਿਸ ਬਾਰੇ ਵਿਧਾਇਕ ਖਹਿਰਾ ਵੱਲੋਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਗਈ ਹੈ, ਤੇ ਪੰਜਾਬ ਦੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।